बीते दिन असले दे नाल फोटोआं पाउण दे दोष ते प्रधानमंत्री बाजी के जिसने पिछले दिन ही भाई अमृतपाल सिंह तो प्रभावित होकर अमृत छकिया है उसते परचा किया गया सी। ते आस्ते प्रधानमंत्री बाजीके दे साथी निहंग सिंघा दा कहना है कि असी प्रधानमंत्री बाजीके दा प्रशासन वालों परचा रद्द करवावांगे। बाकी तुसी निहंग सिंह दी मौके दी वीडियो वेखो। असी इस हुकूमत दा विरोध करांगे ते परचा भी असी उन्हां दा कोशिश करांगे भी उन्हूं भी उहदा कैंसल कीता जावे परचा। ते अज भी साडे नाल आ उहो ते जे सरकार चाहुंदी आ ते आके आवे खड़ा साडे नाल प्रधानमंत्री ते उन्हां नूं कि फड़ लो आ के ਹਨਾ ਜਿਹੜੀ ਜੇ ਜਿਹੜੇ ਨਜਾਇਜ਼ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰੂਗੀ। ਸਾਡੇ ਕੋਲੇ ਅਸਲੇ ਨਜਾਇਜ਼ ਤਾਂ ਨਹੀਂ ਕੋਈ, ਅਸੀਂ ਕਿਸੇ ਦਾ ਕਿਸੇ ਨੂੰ ਮਾਰਿਆ ਤੇ ਕੁੱਟਿਆ ਤਾਂ ਨਹੀਂ। ਸਾਡੇ ਭਰਾਵਾਂ ਦੇ ਅਸਲੇ ਜੇ ਕਿਸੇ ਨੇ ਫੋਟੋ ਖਿੱਚ ਕੇ ਪਾ ਵੀ ਦਿੱਤੀ ਹੋਊਗੀ, ਬਾਕੀ ਤਾਂ ਇਹਦੇ ਕੋਲੇ ਵਰਛੇ ਕਿਰਪਾਨਾਂ ਹੀ ਆ ਆਪਦੀਆਂ। ਤੁਸੀਂ ਕਰੋ, ਤੁਸੀਂ ਸਿੱਧਾ ਪਰਚਾ ਕਰਦੇ ਆ ਤੇ ਇਹਦਾ ਮਤਲਬ ਇਹੀ ਆ ਵੀ ਪਹਿਲਾਂ ਅੰਮ੍ਰਿਤਪਾਲ ਦੇ ਨਾਲ ਦਿਆਂ ਨੂੰ ਨੋਟਿਸ ਕੀਤਾ ਜਾਵੇ ਤੇ ਬਾਅਦ ਵਿੱਚ ਉਹਨਾਂ ਦੇ ਲਿਆ ਕੇ ਵੀ ਜਿਹੜਾ ਅੰਮ੍ਰਿਤਪਾਲ ਨੂੰ ਟਾਰਗੇਟ ਕਰਾਂਗੇ। ਇਹਦਾ ਪਹਿਲਾਂ ਨਾਲ ਦੇ ਸਿੰਘਾਂ ਨੂੰ ਨਖੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਬਿਲਕੁਲ ਬਿਲਕੁਲ, ਜੇ ਕਹਿਣ ਵੀ ਕੇਸ ਪਾ ਕੇ ਅਸੀਂ ਉਹਨਾਂ ਦੇ ਵਿਰੋਧ ਨੂੰ ਝੱਲ ਲਾਂਗੇ ਜਾਂ ਇਹਨਾਂ ਨੂੰ ਦਬਾ ਲਾਂਗੇ, ਇਹ ਕੇਸ ਕੂਸ ਪੈਂਦੇ ਆਏ ਆ, ਅਸੀਂ ਭੁਗਤਦੇ ਆਏ ਹਾਂ, ਅਸੀਂ ਜੇਲ੍ਹਾਂ ਵੀ ਵੇਖੀਆਂ, ਅਸੀਂ ਆਰੀਆਂ ਵੀ ਵੇਖੀਆਂ, ਅਸੀਂ ਤੇਗਾਂ ਵੀ ਵੇਖੀਆਂ, ਸਭ ਕੁਝ ਮਾਝੀਵਾੜੇ ਦੇ ਜੰਗਲ ਵੀ ਹਟਾਏ ਆ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਬਥੇਰਾ ਪ੍ਰਤਾਪ ਦਿੱਤਾ, ਜਿਹੋ ਜਿਹਾ ਵੀ ਸਮਾਂ ਆਊਗਾ ਉਹਦੇ ਲਈ ਅਸੀਂ ਪੂਰੇ ਤਿਆਰ ਬਰ ਤਿਆਰ ਹਾਂ। ਇਹ ਜਿਹੜੀ ਖਾਲਸਾ ਵਹੀਰ ਆ ਇਹ ਨੌਜਵਾਨੀ ਦੇ ਵਿੱਚ ਉਹ ਅਗਨੀ ਜੋਸ਼ ਭਰੂਗੀ ਜਿਹੜਾ ਅਸਲੀ ਬਦਲਾਅ ਇਹਨਾਂ ਨੇ ਕਿਹਾ ਸੀ ਨਾ ਕੇਜਰੀਵਾਲ ਨੇ ਵੀ ਬਦਲਾਅ ਲਿਆਵਾਂਗੇ, ਉਹ ਬਦਲਾਅ ਪੁੱਤ ਤੁਹਾਡੇ ਤੋਂ ਨਹੀਂ ਆਉਣਾ, ਖਾਲਸਾ ਪੰਥ ਲਿਆਊਗਾ ਉਹ ਬਦਲਾਅ ਖਾਲਸਾ ਪੰਥ। ਬਿਲਕੁਲ ਆ ਰਿਹਾ, ਇਹ ਜਦੋਂ ਵਹੀਰ ਜਦੋਂ ਸ਼ੁਰੂ ਹੋ ਗਈ ਤੁਸੀਂ ਅਗਲੇ ਪਿੰਡਾਂ ਦੇ ਵਿੱਚ ਨਾਲ ਜਾਣਾ ਨਾ, ਤੁਸੀਂ ਆਉਣ ਵਾਲੇ ਸਮੇਂ 'ਚ ਵੇਖਿਓ ਵੀ ਨੌਜਵਾਨੀ ਤੁਹਾਨੂੰ ਕੀ ਰੰਗ ਵਿਖਾਉਂਦੀ ਆ ਤੇ ਨੌਜਵਾਨੀ ਦਾ ਜੋਸ਼ ਕੀ ਆ। ਜਿਹੜਾ ਹੁਣ ਇਕੱਲਾ ਇਕੱਲਾ ਬੰਦਾ ਮਿਲਣਾ ਚਾਹੁੰਦਾ ਹੈਗਾ ਤੇ ਉਹ ਫੇਰ ਵੀ ਉਹਨੂੰ ਸਮਾਂ ਹੀ ਨਹੀਂ ਇੰਨਾ ਲੱਗਦਾ ਵੀ ਉਹ ਕਿਸੇ ਨੂੰ ਮਿਲ ਸਕੇ, ਪਰ ਨੌਜਵਾਨੀ ਪਿੱਛੇ ਨਹੀਂ ਹਟੂਗੀ ਜਿਹੜੀ ਸਾਨੂੰ ਇਹਨਾਂ ਨੇ ਹਰੇਕ ਤਰੀਕੇ ਨਾਲ ਮਿਡਲ ਕਲਾਸ ਲੋਕਾਂ ਨੂੰ ਜਾਂ ਕਿਵੇਂ ਵੀ ਸ਼ੋਸ਼ਣ ਹਰੇਕ ਤਰ੍ਹਾਂ ਦਾ ਹੋ ਰਿਹਾ ਹੈਗਾ, ਭਾਵੇਂ ਉਹ ਪੁਲਿਸ ਹੋਵੇ, ਉਹ ਬਿਜਲੀ ਬੋਰਡ ਹੋਵੇ, ਕੋਈ ਵੀ, ਸਾਰੇ ਅਦਾਰੇ ਪ੍ਰਾਈਵੇਟ ਕਰਤੇ ਇਹਨਾਂ ਨੇ, ਬਹੁਤ ਕੁਛ ਇਹਨਾਂ ਨੇ ਲੁੱਟਾਂ ਮਚਾਈਆਂ ਵੀ ਆ, ਸਾਰਾ ਕੁਝ ਪ੍ਰਾਈਵੇਟ ਕਰਨ ਦੀ ਕੋਸ਼ਿਸ਼ ਆ ਇਹਨਾਂ ਦੀ, ਪਰ ਇੱਕੋ ਇੱਕ ਪੰਜਾਬ ਆ ਜਿਹੜਾ ਇਹਨਾਂ ਦੀ ਗਲੇ ਦੀ ਹੱਡੀ ਬਣ ਕੇ ਰਹੂਗਾ ਤੇ ਇਹਨਾਂ ਦੀਆਂ ਨਾਸਾਂ ਪੰਜਾਬ ਨੇ ਭੰਨਣੀਆਂ ਤੇ ਦਿੱਲੀ ਤੇ ਦਿੱਲੀ ਤਖ਼ਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛੱਤਰ ਝੁਲੇਗਾ ਸੀਸ ਪਰ ਬੜੀ ਕਰੇਗੀ ਮੌਜ। ਸਤਿਗੁਰਾਂ ਨੇ ਸ਼ਾਸਤਰ ਉਹਦੇ ਹੀ ਧਾਰਨ ਕਰਾਤੇ, ਸ਼ਾਸਤਰਾਂ ਤੋਂ ਬਿਨਾਂ ਤਾਂ ਅਸੀਂ ਰਹਿ ਨਹੀਂ ਸਕਦੇ, ਤੁਸੀਂ ਮੱਚੀ ਜਾਓ ਕੁਛ, ਜਦੋਂ ਆਪ ਤੁਸੀਂ ਦੋ ਸੌ ਗਨਮੈਨ ਲੈ ਕੇ ਸ਼ਾਸਤਰਾਂ ਵਾਲੇ AK ਸਨਾਈਪਰ ਲੈ ਕੇ ਤੁਸੀਂ ਘੁੰਮਦੇ ਆ ਤੇ ਤੁਹਾਨੂੰ ਨੀ ਖਤਰਾ ਹੈਗਾ ਕਿਸੇ ਦਾ, ਤੁਸੀਂ ਨੀ ਮਾਰਦੇ ਗਏ ਕਿਸੇ ਦੇ, ਤੇ ਜੇ ਸਾਡੇ ਕੋਲ ਆ ਤਾਂ ਤੁਹਾਨੂੰ ਖਤਰਾ ਪੈਦਾ ਹੋ ਜਾਂਦਾ। ਇਹਨਾਂ ਦੇ ਕਰਮ ਡਰਾਉਂਦੇ ਆ ਇਹਨਾਂ ਨੂੰ, ਇਹ ਤਾਂ ਆਪ ਤਾਂ ਸਰਕਾਰੀ ਬੰਦੇ, ਸਰਕਾਰੀ ਗੱਲਾਂ ਕਰਨੀਆਂ, ਅਸੀਂ ਵਿਰੋਧ ਕਰਨਾ ਉਸ ਹਰ ਇੱਕ ਗੱਲ ਦਾ ਜਿਹੜੀ ਗਰੀਬ ਮਜ਼ਲੂਮ ਤੇ ਵਾਰ ਕਰਦੀ ਆ, ਤੇ ਜਿਹੜੀ ਇਹ ਹਿੰਦ ਹਕੂਮਤ ਨੇ ਸਾਡੇ ਤੇ ਵਾਰ ਕਰਨੇ ਸ਼ੁਰੂ ਕੀਤੇ ਆ, ਇਹਦਾ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ। ਜੇ ਕੋਈ ਮਾਰੇ ਈਟ ਢੀਮ ਪੱਥਰ ਦੇ ਰਸਾਏ, ਜੇ ਕੋਈ ਇੱਟ ਮਾਰੂਗਾ ਅਸੀਂ ਪੱਥਰ ਮਾਰ ਕੇ ਜਵਾਬ ਦੇਣ ਵਾਲੀ ਕੌਮ ਆ। ਤਾਂ ਚਾਵਲਾ ਵੱਲੋਂ ਕਿਹਾ ਗਿਆ ਕਿ 3 ਸਵਾਲ ਪੁੱਛਣੇ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ, ਜਵਾਬ ਨਾ ਦਿੱਤਾ ਗਿਆ ਤਾਂ ਪੰਜਾਬ ਛੱਡ ਜਾਣ। ਉਹਨੂੰ ਕਹਿ ਜਿੱਦਣ ਪੰਜਾਬੀ ਚ ਪੁੱਛਣੇ ਹੋਏ ਨਾ ਜਿੱਦਣ ਮਰਜ਼ੀ ਅਸੀਂ ਜਵਾਬ ਦੇਵਾਂਗੇ, ਪਰ ਦੇਵਾਂਗੇ ਪੰਜਾਬੀ ਚ, ਉਹਨਕੇ ਹਿੰਦੀ ਚ ਅਸੀਂ ਜਵਾਬ ਨਹੀਂ ਦੇਣੇਗੇ। ਬਿਲਕੁਲ, ਇਹਨਾਂ ਦਾ ਕਹਿਣਾ ਕਿ ਜਦੋਂ ਵੀ ਸਵਾਲ ਪੁੱਛਣੇ ਹੋਣ ਬੀਬੀ ਪਹੁੰਚ ਸਕਦੀ ਹੈ, ਅੰਮ੍ਰਿਤਪਾਲ ਸਿੰਘ ਹੋਰਾਂ ਕੋਲ ਪਹੁੰਚ ਸਕਦੀ ਹੈ, ਪਰ ਸ਼ਰਤ ਇਹ ਹੈ ਕਿ ਸਵਾਲ ਪੰਜਾਬੀ ਵਿੱਚ ਹੋਣੇ ਚਾਹੀਦੇ ਨੇ। ਕਿਸੇ ਵੀ ਬੀਬੀ ਦੇ ਹਿੰਦੀ ਦੇ ਸਵਾਲਾਂ ਦੇ ਜਵਾਬ ਭਾਈ ਅੰਮ੍ਰਿਤਪਾਲ ਸਿੰਘ ਨਹੀਂ ਦੇਣਗੇ।